ਹਾਕੀ ਦਾ ਟਰਨਿੰਗ ਲੇਡੀਜ਼ ਚੈੱਕ ਕਰ ਲਓ, ਪਾਵਰ ਸਟੀਅਰਿੰਗ ਆ ਜਿੱਦਾਂ ਤੁਹਾਨੂੰ ਮੈਂ ਦੱਸਿਆ। ਅਤੇ ਬਾਕੀ ਕਿਸਾਨ ਵੀਰੋ ਰਾਮ ਰਾਮ, ਸਤਿ ਸ਼੍ਰੀ ਅਕਾਲ, ਨਮਸਕਾਰ ਸਾਰੇ ਕਿਸਾਨ ਭਰਾਵਾਂ ਦਾ ਟਰੈਕਟਰ ਸੈਂਡ ਖੇਤੀ ਟੱਕ ਯੂਟਿਊਬ ਚੈਨਲ ਐਂਡ ਫੇਸਬੁੱਕ ਪੇਜ 'ਤੇ ਮੋਸਟ ਵੈਲਕਮ ਹੈ। ਅਤੇ ਮੈਂ ਆਸ਼ਾ ਕਰਦਾ ਕਿ ਮੇਰੇ ਸਾਰੇ ਕਿਸਾਨ ਵੀਰ ਠੀਕ ਠਾਕ ਵਧੀਆ ਹੋਣਗੇ। ਅਤੇ ਜੋ ਆਪਣੀ ਅੱਜ ਦੀ ਵੀਡੀਓ ਲੈ ਕੇ ਆਇਆ ਨਾ ਤੁਹਾਡੇ ਲਈ, ਅੱਜ ਦੀ ਵੀਡੀਓ ਬਣਾ ਰਹੀ ਹਾਂ ਕਿਸਾਨ ਵੀਰੋ ਆਪਾਂ ਸਵਰਾਜ ਦਾ ਨਾ ਮਾਡਲ ਪਹਿਲਾਂ ਹੀ ਹੈ, ਲੇਕਿਨ ਕੁਛ ਨਵੇਂ ਚੇਂਜਾਂ ਦੇ ਨਾਲ ਆ ਗਿਆ ਮਾਡਲ। ਤਾਂ ਮੈਂ ਕਿਹਾ ਕਿਉਂ ਨਾ ਕਿਸਾਨ ਵੀਰਾਂ ਨੂੰ ਦੱਸ ਦਈਏ, ਜਾਣਕਾਰੀ ਦੇ ਦਈਏ। ਅਤੇ ਇਹ ਲੇਟੈਸਟ ਮੈਨੂਫੈਕਚਰਿੰਗ ਹੈ ਇਸੇ ਮਹੀਨੇ ਦੀ, ਇਹ ਅਗਸਤ ਮਹੀਨਾ ਚੱਲਦਾ ਪਿਆ 2023 ਅਤੇ ਅਗਸਤ ਦੀ ਹੀ ਮੈਨੂਫੈਕਚਰਿੰਗ ਆ। ਤਾਂ ਇੱਦਾਂ ਹੋ ਸਕਦਾ ਤੁਸੀਂ ਕਿਸੇ ਏਜੰਸੀ 'ਚ ਜਾਓ ਲੈਣ ਟਰੈਕਟਰ, ਅਤੇ ਉੱਥੇ ਪਹਿਲੀ ਮੈਨੂਫੈਕਚਰਿੰਗ ਹੋਏ 2-4 ਮਹੀਨੇ ਦੀ, ਅਤੇ ਉਹਦੇ 'ਚ ਉਹ ਆਪਸ਼ਨ ਨਹੀਂ ਆ। ਤਾਂ ਤੁਹਾਨੂੰ ਬਾਅਦ 'ਚ ਪਤਾ ਚੱਲੇ ਖਰੀਦਣ ਤੋਂ ਬਾਅਦ ਕਿ ਬਾਈ ਯਾਰ ਅਸੀਂ ਤਾਂ ਪੁਰਾਣੇ ਮਾਡਲ ਲਏ ਇਹਦੇ 'ਚ, ਅਤੇ ਨਵੇਂ 'ਚ ਉਹ ਹੋਰ ਫੰਕਸ਼ਨ ਵੀ ਆ ਗਿਆ, ਤਾਂ ਸਾਨੂੰ ਨਵੇਂ ਵਾਲਾ ਚਾਹੀਦਾ ਸੀ। ਅਤੇ ਜਦੋਂ ਤੁਸੀਂ ਇੱਕ ਵਾਰੀ ਖਰੀਦ ਲਿਆ ਫਿਰ ਖਰੀਦ ਲਿਆ, ਠੀਕ ਹੈ ਜੀ। ਤਾਂ ਮੈਂ ਕਹਿਣ ਡਿਆ ਵੀ ਜਾਣਕਾਰੀ ਦੇ ਦਿੰਦਾ, ਅਵੇਅਰ ਕਰ ਦਿੰਦਾ, ਜੇ ਟਰੈਕਟਰ ਖਰੀਦਣਾ ਹੈ ਤਾਂ ਫਿਰ ਪੂਰੀ ਛਾਣਬੀਨ ਕਰਕੇ ਅਤੇ ਖਰੀਦਿਓ। ਇਹ ਜਿਹੜਾ ਮਾਡਲ ਹੈ ਨਾ ਇਹ ਹੈ 735, ਪਹਿਲੇ ਆਉਂਦਾ ਰਿਹਾ ਐੱਫ ਡਬਲ ਈ, ਛੋਟੀ ਈ ਆਉਂਦੀ ਰਹੀ ਹੈ ਈ ਦੇ ਕੇ। ਹੁਣ ਕੰਪਨੀ ਜਿਹੜਾ ਫਿਰ ਲੇਟੈਸਟ ਬਣਾਇਆ ਉਹ ਬਣਾਇਆ ਐੱਫ ਈ ਸਿੰਗਲ ਸਟਾਰ ਪਾਵਰ ਸਟੀਅਰਿੰਗ ਦੇ ਨਾਲ। ਇੱਕ ਲਿਫਟ ਵਾਲਾ ਪੰਪ ਹੈ ਅਤੇ ਇੱਕ ਪਾਵਰ ਸਟੀਅਰਿੰਗ, ਦੇ ਵਿੱਚ ਜਿਹੜਾ ਚੇਂਜ ਕੀਤਾ ਨਾ ਉਹ ਇਹਦੀ ਕੀਤਾ ਹੈ ਲਿਫਟ 'ਚ ਥੋੜ੍ਹਾ ਜਿਹਾ ਚੇਂਜ ਕਰਕੇ, ਇਹਦੇ ਮਗਰੋਂ ਦਿਖਾਉਂਦਾ ਕੀ ਚੇਂਜ ਆ, ਦੇਖ ਲਓ। ਇਹ ਜਿਹੜਾ ਨਾ 735 'ਚ ਇਹ ਚੀਜ਼ ਚੇਂਜ ਕਰਤੀ ਹੈ ਪੂਰੀ, ਅਤੇ ਇਹ ਹਵਾ ਕੱਢਣ ਵਾਲਾ ਲਾਤਾ ਸਿਸਟਮ, ਠੀਕ ਹੈ ਜੀ। ਬਿਲਕੁਲ ਲੇਟੈਸਟ ਮਾਡਲ ਆ, ਪੜਿਓ। ਇਹ ਲਿਖੇਦਾ ਇੱਥੇ ਆਲਵੇਜ਼ ਕੀਪ ਆਈਸੋਲੇਟਰ ਨੋਵ ਇਜ਼ ਓਪਨ ਪੋਜੀਸ਼ਨ, ਠੀਕ ਹੈ ਜੀ। ਆਈਸੋਲੇਟਰ ਕਲੱਬ ਨਾਵ ਹਮੇਸ਼ਾ ਖੋਲ੍ਹ ਕਰ ਰੱਖੇ, ਠੀਕ। ਇਹ ਜਿਹੜਾ ਸਿਸਟਮ ਇੱਥੇ ਲੱਗੇਦਾ ਓਪਨ, ਉਹ ਉੱਪਰ ਲੱਗੇਦਾ ਸੀ। ਅਤੇ ਹੁਣ ਜਿਹੜਾ ਇਹਦੇ 'ਚ ਚੇਂਜ ਕੀਤਾ ਨਾ ਕੰਪਨੀ ਨੇ ਇਸ ਮਾਡਲ 'ਚ, ਕਿਸਾਨ ਵੀਰੋ ਇਹ ਦੇਖ ਲਓ, ਇਹ ਜਿਹੜਾ 735 ਤੁਸੀਂ ਪਹਿਲੇ ਦੇਖਿਆ ਹੋਣਾ, ਇਹਦੇ 'ਚ ਨਾ ਤਾਂ ਕੋਈ ਡੀ ਡੀ ਵਾਲ ਆਉਂਦਾ ਸੀ ਇਹਦੇ 'ਚ ਕੁਛ ਨਹੀਂ, ਅਤੇ ਜਾਂ ਫਿਰ ਆਉਣ ਲੱਗਾ ਵਿੱਚ ਸਿੰਗਲ ਡੀ ਡੀ ਵਾਲ, ਉਹ ਵੀ ਪਾਈਪ ਦਿੱਤੀ ਸੀ ਸਿਰਫ, ਨਾ ਕੋਈ ਪੰਪ ਸੀ ਨਾ ਇਹਦੇ 'ਚ ਲੀਵਰ ਸੀ, ਠੀਕ ਹੈ ਜੀ। ਅਤੇ ਜਿਹੜਾ ਹੁਣ ਇਹ ਲੇਟੈਸਟ ਮੈਨੂਫੈਕਚਰਿੰਗ ਹੈ ਇਸੇ ਮਹੀਨੇ ਦੀ, ਇਹ ਜੇ ਤੁਸੀਂ 735 ਲੈਣ ਜਾਣਾ ਤਾਂ ਚੀਜ਼ ਧਿਆਨ ਨਾਲ ਪਹਿਲੇ ਚੈੱਕ ਕਰ ਲਿਓ, ਕਿਤੇ ਪੁਰਾਣਾ ਮਾਡਲ ਨਾਲ ਲੈ ਆਇਓ ਜੇ ਨਵਾਂ ਚਾਹੀਦਾ। ਇਹ ਜਿਹੜਾ ਸਿਸਟਮ ਹੈ ਨਾ ਇਹ ਦੇਖੋ, ਡਬਲ ਡੀ ਡੀ ਵਾਲ, ਇਹ ਜਿਹੜੇ 855, 744, 969, 963 'ਚ ਆਉਂਦੇ ਆ ਵੱਡੇ ਐੱਚ ਪੀ 'ਚ ਤੱਕ, ਉਹੀ 735 'ਚ ਦੇ ਦਿੱਤੇ ਕੰਪਨੀ ਨੇ, ਚੈੱਕ ਕਰ ਲਓ। ਅਤੇ ਇਹ ਪੂਰਾ ਜਿਹੜਾ ਪੰਪ ਲਾਤਾ, ਪੰਪ ਦੇ ਨਾਲ ਡਬਲ ਡੀ ਡੀ ਵਾਲ ਕਰਤੇ ਆ ਕੰਪਨੀ ਫਿਟਡ, ਅਤੇ ਨਾਲ ਇਹ ਲੀਵਰ ਵੀ ਦੇਤਾ। ਮੀਨਿੰਗ ਇਹ ਜਿਹੜੀ ਚੀਜ਼ ਹੈ ਨਾ ਇਹ ਤਾਂ ਥੋੜ੍ਹੀ ਜਿਹੀ ਤਾਂ ਲਿਫਟ ਵਾਲਾ ਸਿਸਟਮ, ਇਹ ਇਹਦੇ 'ਚ ਨਵਾਂ ਕਰਤਾ ਆ, ਮੀਨਿੰਗ ਲੇਟੈਸਟ ਮਾਡਲ ਆਇਆ ਜਿਹੜਾ, ਪਹਿਲਿਆਂ 'ਚ ਨਹੀਂ ਆਉਂਦਾ ਨਾ। ਫਿਰ ਇਹੀ ਤੁਹਾਨੂੰ ਕਹਿੰਦਾ ਪਿਆ, ਅਤੇ ਫਿਰ ਤੁਹਾਨੂੰ ਕਹਿੰਦਾ ਪਿਆ ਵੀ ਜਿਹੜਾ ਟਰੈਕਟਰ ਲੈਣਾ ਨਾ 35 ਜਾਂ ਕੋਈ ਵੀ ਲੈਣਾ ਹੁੰਦਾ, ਅਤੇ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ ਨਾ, ਵੀਡੀਓ ਬਣਾ ਕੇ ਦੱਸਦੇ ਹਾਂ ਤੁਹਾਨੂੰ, ਅਤੇ ਉਹਦਾ ਕੋਈ ਇਹ ਨਹੀਂ ਹੁੰਦਾ ਵੀ ਵੀਡੀਓ ਪਾਈ ਜਾਓ, ਉਹਦਾ ਇਹੀ ਮੀਨਿੰਗ ਹੁੰਦਾ ਵੀ ਕੋਈ ਨਾ ਕੋਈ ਮਾਡਲ ਜਿਹੜਾ ਨਵਾਂ ਆਉਂਦਾ ਵੀਡੀਓ ਬਣਾ ਕੇ। ਅਤੇ ਹਰ ਕਿਸਾਨ ਆ ਜਿਹੜੇ ਏਜੰਸੀ 'ਚ ਨਹੀਂ ਜਾ ਸਕਦੇ ਹਰ ਟਾਈਮ, ਜਾਂ ਨਹੀਂ ਪਤਾ ਚੱਲਦਾ ਕਈਆਂ ਨੂੰ, ਕਈ ਨਹੀਂ ਅਵੇਅਰ ਹੁੰਦੇ, ਅਤੇ ਉਹ ਮਾਡਲ ਲੈਣ ਜਾਂਦੇ ਆ ਏਜੰਸੀ 'ਚ, ਅਤੇ ਲਿਆਉਂਦੇ ਕਈ ਵਾਰੀ ਪੁਰਾਣਾ ਮਾਡਲ ਹੀ ਜਾਂ ਕੋਈ ਨਵਾਂ ਮਾਡਲ ਆਇਆ ਹੁੰਦਾ ਤਾਂ ਉਹਨਾਂ ਨੂੰ ਪਤਾ ਨਹੀਂ ਚੱਲਦਾ ਤਾਂ ਉਹ ਪੁਰਾਣਾ ਲਿਆਉਂਦੇ ਆ। ਅਤੇ ਇਸੇ ਕਰਕੇ ਟਾਈਮ ਟੂ ਟਾਈਮ ਵੀਡੀਓ ਪਾ ਕੇ ਤੁਹਾਨੂੰ ਅਵੇਅਰ ਕਰਦੇ ਹਾਂ ਵੀ ਇਹ ਚੀਜ਼ਾਂ ਦਾ ਪਤਾ ਹੋਏ, ਤੁਹਾਨੂੰ ਘਰ ਬੈਠੇ 'ਤੇ ਹੀ ਪਤਾ ਚੱਲ ਜਾਏ ਏਜੰਸੀ ਜਾਣ ਤੋਂ ਪਹਿਲੇ ਕਿ ਭਾਈ ਇਹਦਾ ਇਹ ਮਾਡਲ ਆ ਗਿਆ। ਅਤੇ ਜਿਸਲੇ ਤੁਸੀਂ ਇਹਦੀ ਵੀਡੀਓ ਦੇਖੀ ਦੀ ਹੋਏਗੀ ਤਾਂ ਤੁਸੀਂ ਏਜੰਸੀ 'ਚ ਜਾ ਕੇ ਕਹਿ ਸਕਦੇ ਹੋ ਕਿ ਭਾਅ ਜੀ ਯਾਰ ਇਹ ਮਾਡਲ ਨਹੀਂ, ਇਹ ਤੋਂ ਇੱਕ ਉੱਤੇ ਵਾਲਾ ਮਾਡਲ ਵੀ ਆਇਆ ਜ਼ਿਆਦਾ ਫੀਚਰ, ਉਹ ਮਾਡਲ ਦਿਖਾਓ, ਫਿਰ ਤੁਹਾਨੂੰ ਪਤਾ ਹੋਏਗਾ ਤਾਂ ਤੁਸੀਂ ਡੀਲਰ ਨੂੰ ਕਹਿ ਸਕਦੇ ਹੋ। ਅਤੇ ਜੇ ਤੁਹਾਨੂੰ ਪਤਾ ਹੀ ਨਾ ਹੋਇਆ ਵੀ ਮਾਡਲ ਕਿਹੜਾ ਨਵਾਂ ਆਇਆ, ਕਿਹੜੇ ਫੀਚਰ ਨਵੇਂ ਆਇਆ, ਤਾਂ ਤੁਸੀਂ ਕਹਿਣਾ ਕੀ ਆ ਉੱਥੇ ਜਾ ਕੇ ਵੀ ਸਾਨੂੰ ਉਹ ਜਿਹੜਾ ਮਾਡਲ ਹੋਏਗਾ ਤੁਸੀਂ ਚੁੱਕ ਕੇ ਲੈਣਾ, ਕਿਉਂ ਤੁਹਾਨੂੰ ਲੱਗਣਾ ਵੀ ਇਹੀ ਸਭ ਤੋਂ ਉੱਪਰ ਆ। ਅਤੇ ਇਸ ਕਰਕੇ ਵੀਡੀਓ ਪਾਉਂਦੇ ਆ ਵੀ ਅਪਡੇਟ ਰਹੋ ਟਾਈਮ ਟੂ ਟਾਈਮ, ਜਿਹੜੇ ਵੀ ਫੀਚਰ ਨਵੇਂ ਆਉਂਦੇ ਚਾਹੇ ਕਿਸੇ ਵੀ ਟਰੈਕਟਰ 'ਚ ਹੋਣ ਕਿਸੇ ਵੀ ਕੰਪਨੀ ਦੇ, ਠੀਕ ਹੈ ਜੀ। ਅਤੇ ਇਹ ਵਾਲਾ ਸਿਸਟਮ ਇਹਦੇ 'ਚ ਚੇਂਜ ਸੀ, ਅਤੇ ਬਾਕੀ ਬਿਲਕੁਲ ਬ੍ਰਾਂਡ ਨਿਊ ਟਰੈਕਟਰ ਹੈ। ਅਤੇ ਇਹਦੀ ਨਾ ਤੁਹਾਨੂੰ ਮੈਂ ਉਹ ਵੀ ਦਿਖਾਉਂਦਾ ਐੱਸ ਐੱਫ ਸੀ ਅਤੇ ਕਿਹੜੇ ਮਹੀਨੇ ਦਾ ਬਣੇਦਾ, ਤਾਂ ਕਿ ਤੁਹਾਨੂੰ ਯਕੀਨ ਹੋ ਜਾਏ, ਠੀਕ ਹੈ ਜੀ। ਸਿੰਗਲ ਸਟਾਰ ਬੋਸ਼ ਦਾ ਇਨਲਾਈਨ ਪੰਪ ਹੈ, 3 ਸਿਲੰਡਰ ਇੰਜਨ ਹੈ, ਅਤੇ ਮਕੈਨੀਕਲ ਵਾਲਾ ਇਹਦੇ 'ਚ ਮਕੈਨੀਕਲ ਟਾਈਪ ਹੈ, ਰੋਡ ਲੱਗੀ ਦੀ ਹੈ, ਅਤੇ ਹੈਗਾ ਪਾਵਰ ਸਟੀਅਰਿੰਗ ਆ, ਪਾਵਰ ਸਟੀਅਰਿੰਗ ਦਾ ਸਿਸਟਮ ਹੈ, ਸਾਰਾ ਥੱਲੇ ਦੇ ਦਿੱਤਾ ਇੱਥੇ, ਠੀਕ ਹੈ ਜੀ। ਅਤੇ ਬਾਕੀ ਇਹ ਚੈੱਕ ਕਰਿਓ, ਇੱਧਰ ਆ ਜਾਓ, ਇਹ ਦੇਖ ਲਓ, ਇਹ ਜਿਹੜਾ ਮਾਡਲ ਹੈ ਨਾ 735 ਐੱਫ ਈ B1 ਕਰਕੇ ਮਾਡਲ ਆਇਆ ਨਵਾਂ, ਠੀਕ ਹੈ ਜੀ। ਉਹ ਨੰਬਰ ਪਲੇਟ 'ਤੇ B1 ਲਿਖਿਆ ਐੱਫ ਈ ਦੇ ਅੱਗੇ। ਅਤੇ ਉਹ ਤੋਂ ਬਾਅਦ ਜੇ ਥੱਲੇ ਗੱਲ ਕਰੀਏ ਤਾਂ ਇਹਦੀ ਜਿਹੜੀ PTUHP ਹੈ 26.1 ਹੈ, SFC ਹੈ 258, ਉਹ ਚੈੱਕ ਕਰ ਲਓ ਥੱਲੇ। ਅਤੇ ਜਿਹੜੀ ਇਹਦੀ ਮੰਥ ਐਂਡ ਜੀਰੋ ਆਫ ਮੈਨੂਫੈਕਚਰਿੰਗ ਹੈ ਨਾ, ਉਹ ਥੱਲੇ ਚੈੱਕ ਕਰੋ, 9/2023, ਇਸੇ ਮਹੀਨੇ ਦਾ ਅਗਸਤ ਮਹੀਨਾ ਚੱਲਦਾ ਪਿਆ, ਤਾਂ ਅਗਸਤ ਮਹੀਨੇ ਦਾ ਹੀ ਮੈਨੂਫੈਕਚਰਿੰਗ ਟਰੈਕਟਰ ਹੈ, ਠੀਕ ਹੈ। ਅਤੇ ਬਾਕੀ ਇਹਦੇ 'ਚ ਸਭ ਕੁਛ ਸੇਮ ਹੀ ਹੈ, ਮੀਨਿੰਗ 6/16 ਦੇ ਫਰੰਟ ਹੈ, 13/6/28 ਦੇ ਬੈਕ ਹੈ, ਅਤੇ 2 ਸਪੀਡ ਹੈ। ਅਤੇ ਇਹਦੀ ਨਾ ਹੁਣ ਆਵਾਜ਼ ਚੈੱਕ ਕਰਾਉਂਦੇ ਹਾਂ, ਅਤੇ ਇੱਕ ਰੇਟ ਦਾ ਆਈਡੀਆ ਦੇ ਦਿੰਦੇ ਹਾਂ ਵੀ ਲੇਟੈਸਟ ਮਾਡਲ ਅਪਡੇਟ ਦਾ ਕੀ ਰੇਟ ਹੈ, ਪਹਿਲੇ ਆਵਾਜ਼ ਚੈੱਕ ਕਰਿਓ। ਪੁਰਾਣਾ
ठीक है जी। ये बाकी का टर्निंग रेडियस चेक कर लो, पावर स्टीयरिंग है जिदा तुहानू मैं दस्या, तो बाकी हुण कर दिंदे आ बंद। अच्छा डबल क्लास चा, तो बाकी तो किसान वीरो इहदा मैं रेट दसना, तो रेट ना तुहानू हो सकता नॉर्मल मॉडल नालों थोड़ा जिहा ज़्यादा लगे भी रेट बढ़ गया, तो रेट बढ़न का जिहड़ा कारण उह मैं दस दिंदा। एक तो जिहड़ा इहदे च नवां फीचर देता डबल डी डी वाल पंप, ए सिस्टम इत्थों चेंज करता है, कि इहदे इक हैगा ड्यूबल क्लच आ, एक ना इहदे इह भी चेंज आ, देखो क्लच का जिहड़ा स्टाइल है ना थोड़ा जिहा मीनिंग उपर नूं करता, पहले थोड़ा अलग ही होना, देख लो एक ये चेंज करता, तो एक ना ड्यूबल क्लच करता, ड्यूबल मीनिंग इस क्लच तो ही ताड़ी पी टी ओ चलनी है, तो गेयर तो इसे तो चलने पी टी ओ भी इतों चलनी है, नहीं तो पहले सिंगल क्लच चाहता रहा, हूँ ड्यूबल क्लच आ गया, तो डबल क्लच नहीं है, डबल क्लच वह होता जिदे आई पी टी ओ वाला क्लच लीवर लग तो है ना, वो डबल क्लच हो गया, तो जिदे दोने काम एको क्लच तो होना थले जरा ड्यूबल, तो ड्यूबल क्लच चाहे विद जिहड़ा बैक सिस्टम दस्या लीवर अपने डी डी वाल लीवर पंप हाइड्रोलिक का थोड़ा चेंज आ, तो वह बन गया बिल्कुल लेटैसट मॉडल पावर स्टेयरिंग के नाल। तो हूँ भाजी दसो यदा कि आइडिया दस्या ही रेट का, छे लख 40,000 तुम मान लो, बाकी थोड़ा मता उपर थले हो सकता एरिए हिसाब न जोड़ा सही प्राइस है ना, वो तुम अपने एरिए डीलर तो पता कर लियो, जोड़े भी डीलर लागे लगते हैं तुम्हें, तो बाकी जोड़ा ये आ देख लो सीधा फिल्टर है ना, तो ये जोड़ा नवे 855-744 आए उन फिल्टर इदा करता, इदा लगता फिल्टर ये इदा लगेगा, ठीक है जी। तो बाकी ये जो मॉडल है घबराए होना, ये इसे शो च आता रहना, यदि शो नहीं चेंज होनी, तुम अज खरीद लो साल बाद खरीद लो, ये इसे शो च मिलना, शो सिर्फ 855-744 843XM 742XT उनकी चेंज हुई है चारा की। तो आशा करते वीडियो वधिया लगी होगी, वीडियो लाइक शेयर चैनल सबसक्राइब कर दिओ, तो नंबर वीडियो पा देंगे जिथे लेटैसट मॉडल खड़ा, ठीक है जी। तो अपने डीलर को भी जाके पुछ लियो जे भी लगते हैं, उन्होंने भी क्यों भी भाजी इदा मॉडल अं दिखाया, तो यह सूँ मंगा के दौ, सूँ ये चाहिए पुराना नहीं चाहिए। बाकी टायर जिदा दस हूँ ये 13 के ही किसान भीरू आन लग पे ना, चाहे FW ला लियो चाहे FE ला लियो, तो ठीक है फिर मिलते हैं किसी नवी वीडियो नवी जानकारी के नाल।